ਸਿਗਲ ਦੋਸਤੋ, ਸਵਾਗਤ ਹੈ ਸਾਰੇ ਦੋਸਤਾਂ ਦਾ ਫਸਟ ਬਲੌਗ ਦੇ ਵਿੱਚ। ਅਤੇ ਅੱਜ ਜਾ ਰਹੇ ਹਾਂ ਜੀ ਆਪਾਂ ਯੂਪੀ, ਜਿੱਥੇ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਨੌਜਵਾਨ ਜਿਸਦਾ ਨਾਂ ਹਰਚਰਨ ਸਿੰਘ ਹੈ, ਉਸਦਾ ਮਰਡਰ ਹੋ ਗਿਆ ਸੀ। ਉਸੇ ਰਿਲੇਟਡ ਜਿਹੜੇ ਦੋਸਤ ਜਾਣਦੇ ਨੇ ਜਾਂ ਜਿਨ੍ਹਾਂ ਨੂੰ ਨਹੀਂ ਪਤਾ, ਉਹਨਾਂ ਨੂੰ ਦੱਸ ਦਈਏ ਕਿ ਆਪਣਾ ਜੋ ਮੇਨ ਚੈਨਲ ਹੈ ਲਿਮਿਟਡ ਗਿਆਨ, ਉਹਦੀ ਨਿਊਜ਼ ਕਵਰ ਕਰਨ ਦੇ ਲਈ ਜਾ ਰਹੇ ਹਾਂ। ਸਾਡੇ ਨਾਲ ਇੱਕ ਖਾਸ ਸ਼ਖਸੀਅਤ ਵੀ ਜਾਵੇਗੀ ਜਿਨ੍ਹਾਂ ਨੂੰ ਕਿ ਅੱਗੇ ਜਾ ਕੇ ਪਿੱਕ ਕਰਾਂਗੇ। ਸੋ ਤੁਸੀਂ ਲਗਾਤਾਰ ਬਲੌਗ ਦੇ ਨਾਲ ਬਣੇ ਰਹਿਣਾ, ਅੱਗੇ ਜਾ ਕੇ ਹੋਰ ਇਨਫੋਰਮੇਸ਼ਨ ਤੁਹਾਨੂੰ ਯੂਪੀ ਦੇ ਸ਼ਹਿਰਾਂ ਦੀ, ਯੂਪੀ ਦੇ ਇਲਾਕਿਆਂ ਦੀ ਸੈਰ ਵੀ ਕਰਾਵਾਂਗੇ। ਸੋ ਲਗਾਤਾਰ ਜੁੜੇ ਰਹੋ ਬਲੌਗ ਦੇ ਨਾਲ। ਹਾਂਜੀ ਦੋਸਤੋ, ਹੁਣ ਅਸੀਂ ਚੰਡੀਗੜ੍ਹ ਦੇ ਵਿੱਚ ਐਂਟਰ ਕਰ ਗਏ ਹਾਂ। ਸੋ ਦੋਸਤੋ, ਚੰਡੀਗੜ੍ਹ ਦੇ ਵਿੱਚ ਐਂਟਰ ਕਰ ਗਏ ਹਾਂ, ਤੁਸੀਂ ਦੇਖ ਰਹੇ ਹੋ। ਅੱਗੇ ਵੀ ਤੁਹਾਨੂੰ ਯੂਪੀ ਦੇ ਇਲਾਕਿਆਂ ਦੇ ਵੀ ਜੋ ਰਸਤੇ ਦੇ ਵਿੱਚ ਸ਼ਹਿਰ ਆਉਣਗੇ ਸਾਰੇ ਤੁਹਾਨੂੰ ਦਿਖਾਵਾਂਗੇ। ਤੁਸੀਂ ਲਗਾਤਾਰ ਬਲੌਗ ਦੇ ਨਾਲ ਜੁੜੇ ਰਹਿਣਾ। ਸੋ ਦੋਸਤੋ, ਅਸੀਂ ਪਹੁੰਚ ਗਏ ਚੰਡੀਗੜ੍ਹ। ਜਿਵੇਂ ਕਿ ਤੁਹਾਨੂੰ ਦੱਸਿਆ, ਯੂਪੀ ਜਾ ਰਹੇ ਹਾਂ, ਕਿਸ ਦੇ ਰਿਲੇਟਡ, ਅਤੇ ਜੋ ਖਾਸ ਮਹਿਮਾਨ ਸਾਡੇ ਨਾਲ ਜਾ ਰਹੇ ਨੇ ਉਹ ਵੀ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਵਾ ਦਿੰਦੇ ਹਾਂ। ਸਰ, ਐਡਵੋਕੇਟ ਸੁਨੀਲ ਮੱਲਣ ਜੀ, ਜੋ ਕਿ ਇਸ ਕੇਸ ਦੇ ਵਿੱਚ ਹੁਣ ਧਮਾਕੇ ਕਰਨਗੇ, ਜੋ ਵਿਰੋਧੀ ਪਾਰਟੀ ਹੈ ਜਿਨ੍ਹਾਂ ਨੇ ਧੱਕਾ ਕੀਤਾ ਹੈ ਉਸ ਪਰਿਵਾਰ ਦੇ ਨਾਲ ਮਾਸੂਮ ਬੱਚੇ ਦੀ ਜਾਨ ਲਈ ਹੈ, ਹੁਣ ਉਹਨਾਂ ਦੀ ਖੈਰ ਨਹੀਂ ਜੀ। ਬਾਕੀ ਤੁਹਾਨੂੰ ਪਤਾ ਹੀ ਹੈ, ਤੁਸੀਂ ਸਰ ਦੇ ਕੰਮ ਨੂੰ ਜਾਣਦੇ ਹੋ ਚੰਗੀ ਤਰ੍ਹਾਂ। ਕੋਸ਼ਿਸ਼ ਕਰਾਂਗੇ ਆਪਾਂ ਸਾਰੀ। ਹਾਂਜੀ, ਬਾਕੀ ਮੇਰੀ ਟੀਮ ਹੈ ਨਾਲ। ਬਾਕੀ ਤੁਹਾਨੂੰ ਅਪਡੇਟ ਮਿਲਦਾ ਰਹੂਗਾ, ਤੁਹਾਨੂੰ ਯੂਪੀ ਦੇ ਏਰੀਏ ਵੀ ਦਿਖਾਵਾਂਗੇ, ਬਣੇ ਰਹਿਣਾ ਬਲੌਗ ਦੇ ਨਾਲ। ਸੋ ਚੰਡੀਗੜ੍ਹ ਤੋਂ ਯੂਪੀ ਦਾ ਸਫ਼ਰ ਸ਼ੁਰੂ ਹੋ ਗਿਆ ਜੀ। ਡਰਾਈਵਰ ਸੀਟ 'ਤੇ ਨੇ ਐਡਵੋਕੇਟ ਸੁਨੀਲ ਮੱਲਣ ਜੀ, ਪਿੱਛੇ ਐਡਵੋਕੇਟ ਰਿਪੂ ਦਮਨ, ਹਰਪ੍ਰੀਤ ਸਿੰਘ। ਹਰਪ੍ਰੀਤ ਸਿੰਘ, ਸੋ ਇੱਕ ਨਵਾਂ ਮਿਸ਼ਨ ਅੰਤ ਖੌਰ, ਸੋ ਸਟੇ ਟਿਊਨਡ ਵਿਦ ਅਸ। ਬਾਹਰੋਂ ਵੀ ਕੱਟਿਆ ਤੇ ਹੋਇਆ ਪਰ ਚਲੋ ਆਪਾਂ ਥੱਲੋ ਥੱਲੋ ਚੱਲਦੇ ਹਾਂ। ਇਹ ਦੋਸਤੋ ਸ਼ਾਹਬਾਦ ਮਾਰਕੰਡਾ, ਇੱਥੇ ਜਿਹੜੀ ਹੈ ਉਹਦੇ ਬਾਰੇ ਜ਼ਿਕਰ ਹੋਇਆ ਸਾਡੇ ਗ੍ਰੰਥਾਂ 'ਚ ਵੀ। ਮਾਰਕੰਡਾ, ਰਿਸ਼ੀ ਮਾਰਕੰਡਾ ਜੀ ਨੇ ਬਣਾਈ ਸੀ। ਇਹਦੀ ਵੀ ਥਿਊਰੀ ਤੁਹਾਨੂੰ ਔਰ ਇਹਦੀ ਹਿਸਟਰੀ ਥੋੜ੍ਹੀ ਦੇਰ ਤੱਕ ਹੋਰ ਜ਼ਿਆਦਾ ਲਾਈਵ ਹੋ ਕੇ ਦੱਸਦੇ ਹਾਂ ਵੀ ਇਹਦਾ ਕੀ ਮਤਲਬ ਹੈ। ਸੋ ਸ਼ਾਹਬਾਦ ਮਾਰਕੰਡਾ ਪਹੁੰਚੀ ਸਾਡੀ ਟੀਮ, ਅਸੀਂ ਚਾਰੋਂ ਜਾਣੇ ਮਹਾਰਾਜ ਦੇ ਪਿਆਰੇ ਲੱਗੇ ਹਾਂ ਕੰਮ 'ਤੇ, ਵੱਡੇ ਖੁਲਾਸੇ ਕਰਨ ਵਾਲੇ ਹਾਂ ਕੁਛ, ਉਹਦੇ ਲਈ ਚੱਲੇ ਹਾਂ। ਥੈਂਕ ਯੂ ਸਾਰਿਆਂ ਦਾ। ਸੋ ਮੇਰੇ ਤਜਰਬੇ ਮੁਤਾਬਕ ਬਹੁਤ ਵਧੀਆ ਪੰਪ ਹੈ ਔਰ ਇੱਥੇ ਮੈਂ ਕਈ ਸਾਲਾਂ ਤੋਂ ਤੇਲ ਪੈਟਰੋਲ। ਸੋ
ਐਕਸਪ੍ਰੈਸਵੇ ਦਾ ਫਸਟ ਟੋਲ ਪਲਾਜ਼ਾ। ਟੋਲ ਪਲਾਜ਼ਾ ਵੀ ਬਹੁਤ ਜ਼ਬਰਦਸਤ ਹੋ ਰਿਹਾ, ਪੂਰਾ ਕੁਤਬ ਮਿਨਾਰ ਬਣਾਇਆ ਅਗਲੇ ਨੇ। ਪਤਾ ਵੀ ਸਾਰੀ ਜ਼ਿੰਦਗੀ ਦੀ। ਹੈਲੋ 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 ਥੱਲੇ ਦੇਖੋ ਮਿੱਟੀ ਕਿੰਨੀ ਹੈ। ਘਰੇ ਬੈਠੇ ਅਪਡੇਟ ਦੇਈ ਜਾਂਦੇ ਨੇ ਚੱਕ ਚੱਕ ਕੇ ਨੈਟ ਤੋਂ। ਆਹ ਦੇਖੋ ਲੋਕ ਜਿੱਥੇ ਦਿਨੇ ਆਉਣ ਨੂੰ ਡਰਦੇ ਨੇ ਉੱਥੇ ਰਾਤ ਨੂੰ ਫਿਰਦੇ ਹੋਣਾ। ਬੀਬੀ ਤੂੰ ਪੰਜਾਬੀ ਚ ਗੱਲ ਕਰ, ਤੂੰ ਅੰਗਰੇਜ਼ੀ ਨਾ ਬੋਲ। ਸੋ ਦੋਸਤੋ ਤੁਸੀਂ ਦੇਖ ਰਹੇ ਹੋ ਲਗਾਤਾਰ ਹਾਲੇ ਵੀ ਸਫ਼ਰ ਜਾਰੀ ਹੈ। ਸਵੇਰ ਦੇ ਕਿੰਨਾ ਟਾਈਮ ਹੋ ਗਿਆ ਸਰ? ਰਾਤ ਦੇ ਜੀ ਇੱਕ ਵੱਜਣ ਵਾਲਾ ਜੀ, ਤੁਸੀਂ ਦੇਖ ਸਕਦੇ ਹੋ। ਟਾਈਮ ਦਿਖਾ ਦਿੰਦੇ ਆ ਤੁਹਾਨੂੰ, 12:16 12:15 ਹੋ ਗਏ ਜੀ। ਹਾਲੇ ਵੀ ਤਕਰੀਬਨ ਸਾਡਾ 4-5 ਘੰਟੇ ਦਾ ਸਫ਼ਰ ਹੋਰ ਹੋਊਗਾ ਡੈਸਟੀਨੇਸ਼ਨ ਤੇ ਪਹੁੰਚਣ ਦੇ ਲਈ, ਤੁਸੀਂ ਦੇਖ ਸਕਦੇ ਹੋ। ਤੇ ਅਪਡੇਟਸ ਦੇ ਲਈ ਜੋ ਸਿਰਫ ਤੁਹਾਡੇ ਲਈ ਮਿਹਨਤਾਂ ਨੇ, ਤੁਹਾਡੇ ਕੋਲ ਸਟੇਕ ਤੇ ਸਹੀ ਜਾਣਕਾਰੀ ਪਹੁੰਚ ਸਕੇ ਤੇ ਦੂਜਾ ਪਰਿਵਾਰ ਨੂੰ ਇਨਸਾਫ ਮਿਲ ਸਕੇ, ਉਹਨਾਂ ਦੀ ਮਦਦ, ਸਹੀ ਮਦਦ, ਲੀਗਲ ਸਹੀ ਮਦਦ ਹੋ ਸਕੇ, ਤੇ ਉਸਦੇ ਕਰਕੇ ਐਡਵੋਕੇਟ ਸਾਹਿਬ ਵੀ ਨਾਲ ਨੇ ਜੀ, ਪੂਰੀ ਟੀਮ ਨਾਲ ਤੇ ਜਾ ਰਹੇ ਹਾਂ। ਤੁਸੀਂ ਬਣੇ ਰਹੋ ਚੈਨਲ ਦੇ ਨਾਲ, ਅੱਗੇ ਵੀ ਕੋਈ ਹੋਰ ਵੀ ਜੋ ਮਸਲੇ ਆਉਂਦੇ ਨੇ ਸਾਰੀ ਸਟੀਕ ਤੇ ਸਹੀ ਜਾਣਕਾਰੀ ਤੁਹਾਨੂੰ ਅਨਲਿਮਿਟਡ ਗਿਆਨ, ਅਤੇ ਐਡਵੋਕੇਟ ਸਾਹਿਬ ਦਾ ਵੀ ਜੋ ਚੈਨਲ ਹੈ ਐਡਵੋਕੇਟ ਸੁਨੀਲ ਮੱਲਨ, ਉਸ ਤੇ ਮਿਲਦੀ ਰਹੇਗੀ। ਸੋ ਦੋਵੇਂ ਚੈਨਲਸ ਦੇ ਨਾਲ ਬਣੇ ਰਹਿਣਾ, ਸਬਸਕ੍ਰਾਈਬ ਵੀ ਕਰ ਲੈਣਾ ਤੇ ਨੋਟੀਫਿਕੇਸ਼ਨ ਬੈਲ ਤੇ ਆਲ ਵਾਲੀ ਆਪਸ਼ਨ ਦੱਬਣਾ ਨਾ ਭੁੱਲਣਾ, ਕਿਉਂਕਿ ਕਈ ਦੋਸਤਾਂ ਨੂੰ ਨੋਟੀਫਿਕੇਸ਼ਨ ਨਹੀਂ ਜਾਂਦਾ। ਜੇਕਰ ਤੁਸੀਂ ਆਲ ਵਾਲੀ ਆਪਸ਼ਨ ਦੱਬੀ ਜਾਵੇਗੀ ਤਾਂ ਸਭ ਤੋਂ ਪਹਿਲਾਂ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚੇਗੀ। ਲੋ ਜੀ, ਝੁਮਕਾ ਗਿਰਾ ਰੇ ਬਰੇਲੀ ਕੇ ਬਾਜ਼ਾਰ ਮੇ। ਦੇਖੋ ਬਰੇਲੀ ਰਾਤ, ਦੇਖੋ ਰਾਤ ਨੂੰ ਬਰੇਲੀ ਕਿਹੋ ਜੀ ਹੈ। ਜੇ ਝੁਮਕਾ ਲੱਭ ਗਿਆ ਤੇ ਅਸੀਂ ਭੈਣ ਜੀ ਨੂੰ ਵਾਪਸ ਕਰ ਆਵਾਂਗੇ। ਬਹੁਤ ਸਾਲਾਂ ਦਾ ਤਪਾਇਆ, ਬਹੁਤ ਸਾਲਾਂ ਦਾ ਤਪਾਇਆ। ਸਾਹਮਣੇ ਬੋਰਡ ਲੱਗਾ ਜੀ, ਲਖਨਊ 288, ਸੀਤਾਪੁਰ 161, ਸ਼ਾਹਜਹਾਂਪੁਰ 108। ਸੋ ਦਿਸ ਇਜ਼ ਬਰੇਲੀ। ਬਰੇਲੀ ਰਾਤ ਨੂੰ 1 ਵਜੇ ਬਰੇਲੀ ਦੀਆਂ ਸੜਕਾਂ ਤੇ ਘੁੰਮਦੇ ਆ, 1:30 ਵਜੇ ਬਰੇਲੀ ਕੀ ਬਰਫੀ ਤੇ ਬਰੇਲੀ ਚ ਝੁਮਕਾ ਡਿੱਗਿਆ ਸੀ, ਉਹ ਲੱਭਦੇ ਆ, ਕੋਸ਼ਿਸ਼ ਕਰਦੇ, ਬੰਦੇ ਛੱਡ ਦਿੰਦੇ ਇੱਥੇ, ਸ਼ਾਇਦ ਲੱਭਦੇ। ਹਰਿਦੁਆਰ 328, ਪੀਲੀਭੀਤ 39 ਹੈ। ਹਾਂਜੀ ਹਾਂਜੀ, ਅਭੀ ਤੇਰੇ ਕੋਲ ਹੀ ਆ, ਮੇਰੇ ਕੋਲ ਨਹੀਂ ਹੈਗਾ। ਝੁੰਗੀਆਂ ਝੋਂਪੜੀਆਂ ਪੀਲੀਭੀਤ ਦੀਆਂ ਜੀ, ਪੀਲੀਭੀਤ।
2 ਵਜੇ ਦੇ ਕਰੀਬ ਪਹੁੰਚ ਗਿਆ ਫਿਲੀਪੀਨ। ਜ਼ਿਲ੍ਹਾ ਹੋਊਗਾ ਫਿਰ ਉਹਦਾ ਮੇਨ ਡਿਸਟ੍ਰਿਕਟ ਕੋਰਟ ਇੱਥੇ ਹੀ ਹੈ ਜੀ ਫਿਲੀਪੀਨ, ਜਿੱਥੇ ਟ੍ਰਾਇਲ ਚੱਲਦਾ ਹੈ ਇਸ ਕੇਸ ਦਾ। ਤੇ ਇੱਥੇ ਜਿਵੇਂ ਸਰਪੰਚ ਨਹੀਂ ਹੈਗੇ, ਗ੍ਰਾਮ ਸੇਵਕ, ਕੋਈ ਗ੍ਰਾਮ ਪ੍ਰਧਾਨ ਜਾਂ ਇੱਦਾਂ ਦੇ ਨੇ ਜੀ? ਸਰਪੰਚ ਨੇ, ਗ੍ਰਾਮ ਪ੍ਰਧਾਨ ਕਹਿੰਦੇ ਨੇ ਪੂਰਨਪੁਰ ਦੇ ਮੁੰਡੇ ਹਰਚਰਨ ਸਿੰਘ, ਜੋ ਕਿ 19 ਸਾਲਾਂ ਦਾ ਸੀ ਅਤੇ 4 ਭੈਣਾਂ ਦਾ ਇਕਲੌਤਾ ਭਰਾ ਸੀ, ਬਿਨਾਂ ਪਿਤਾ ਦੇ ਸਾਏ ਤੋਂ ਮਰਹੂਮ ਸੀ, ਜੋ ਕਿ ਆਪਣੀਆਂ ਭੈਣਾਂ ਮਾਤਾ ਦਾ ਇੱਕੋ ਇੱਕ ਸਹਾਰਾ ਸੀ, ਉਸਦੇ ਕਤਲ ਦੇ ਦੋਸ਼ ਲੱਗੇ ਨੇ, ਜਿੱਥੇ ਕਿ ਮਨਪ੍ਰੀਤ ਕੌਰ ਦੇ ਪਰਿਵਾਰ ਵੱਲੋਂ ਕਰੰਟ ਲਗਾ ਕੇ ਨੌਜਵਾਨ ਦਾ ਬੜੇ ਹੀ ਤਸੀਹੇ ਦੇ ਕੇ, ਬੜੇ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਉਸ ਕੁੜੀ ਦੇ ਘਰ ਵੱਲ ਜਾ ਰਹੇ ਹਾਂ, ਸੋ ਤੁਸੀਂ ਬਣੇ ਰਹੋ। ਬਲੌਗ ਸ਼ੁਰੂ ਤੋਂ ਤੁਹਾਨੂੰ ਯੂਪੀ ਦਾ ਵੀ ਦਿਖਾ ਰਹੇ ਹਾਂ, ਸੋ ਬਣੇ ਰਹਿਣਾ ਨਾਲ, ਜੁੜੇ ਰਹਿਣਾ। ਤੁਸੀਂ ਦੇਖ ਰਹੇ ਹੋ ਇਸ ਸਮੇਂ ਯੂਪੀ ਤੋਂ ਇਹ ਕੁੜੀ ਮਨਪ੍ਰੀਤ ਕੌਰ ਦੇ ਘਰ ਸਾਹਮਣੇ ਰੇੜੇ ਤੇ ਬੈਠੇ ਸਾਰੇ ਲੋਕਾਂ ਨੂੰ ਪਤਾ ਵੀ ਕਿਹੜਾ ਘਰ ਹੈ ਉਸ ਕੁੜੀ ਦਾ, ਇਸ਼ਾਰਾ ਕਰਕੇ ਦੱਸ ਰਹੇ ਨੇ। ਸੋ ਉਧਰ ਆਈ ਕਿਤੇ ਨਹੀਂ ਨਹੀਂ ਰਸਤਾ ਦੱਸ। ਪੂਰੀ ਯੂਪੀ ਦੇ ਵਿੱਚ ਵੀ ਇਸ ਸਮੇਂ ਚਰਚਾ ਗਈ, ਚਰਚਾ ਇਸ ਲਈ ਕਾਫੀ ਲੋਕ ਵਿਰੋਧ ਵੀ ਕਰ ਰਹੇ ਨੇ ਇਸ ਗੱਲ ਦਾ ਕਿ ਬਹੁਤ ਗਲਤ ਹੋਇਆ। ਛੋਟੇ ਛੋਟੇ ਪਏ ਬਣੇ ਨੇ, ਅੱਜ ਤੋਂ ਪਹਿਲਾਂ ਦੇਖਿਆ ਨਹੀਂ ਤੁਸੀਂ ਜੋ ਇਸ ਕੇਸ ਦੇ ਰਿਲੇਟਡ। ਹਾਂ, ਫਸਟ ਟਾਈਮ ਤੁਸੀਂ ਦੇਖ ਰਹੇ ਹੋ। ਔਰ ਉਹ ਰਿਮੋਟ ਏਰੀਆ ਜਿੱਥੇ ਇੱਥੇ ਜ਼ਿਆਦਾਤਰ ਪੰਜਾਬੀ ਰਹਿੰਦੇ ਨੇ ਇਸ ਇਲਾਕੇ 'ਚ, ਸਰਦਾਰ ਸਾਹਿਬ
ਫੈਮਿਲੀ ਆ ਸਾਡੇ ਪੰਜਾਬ ਦੀਆਂ ਜਿਨ੍ਹਾਂ ਨੇ ਆ ਕੇ ਖੇਤੀ ਸ਼ੁਰੂ ਕੀਤੀ ਹੈ। ਸੋ ਬਾਕੀ ਕੁਲਵਿੰਦਰ ਜੀ ਆਪਣਾ ਦੱਸਣਗੇ ਜ਼ਿਆਦਾ। ਦੋਸਤੋ ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਘਰ ਨੇ, ਜਿਵੇਂ ਕਿ ਉਸ ਮੁੰਡੇ ਹਰਚਰਨ ਸਿੰਘ ਦੇ ਪਰਿਵਾਰ ਵੱਲੋਂ ਵੀ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਕਹਿ ਰਹੇ ਸੀ ਕਿ ਜਿਹੜੇ ਉਸ ਮੁੰਡੇ ਦਾ ਜਿੱਥੇ ਮਰਡਰ ਹੋਇਆ, ਜਿੱਥੋਂ ਉਹਦੀ ਲਾਸ਼ ਮਿਲੀ, ਕਿ ਉੱਥੇ ਲੋਕ ਦਿਨ ਦੇ ਵਿੱਚ ਵੀ ਜਾਣ ਦੇ ਲਈ ਡਰਦੇ ਨੇ। ਬਾਕੀ ਦੋਸਤੋ ਸ਼ਾਇਦ ਤੁਹਾਨੂੰ ਵੀਡੀਓ ਦੇ ਵਿੱਚ ਇੰਨਾ ਜੱਜ ਨਾ ਹੁੰਦਾ ਹੋਵੇ, ਪਰ ਕਾਫੀ ਜ਼ਿਆਦਾ ਸੁਨਸਾਨ ਏਰੀਆ ਰਾਤ ਨੂੰ ਇਸ ਸ਼ਾਇਦ ਇਸੇ ਰੋਡ ਦੇ ਉੱਪਰ ਹਰਚਰਨ ਸਿੰਘ ਗਿਆ ਹੋਵੇਗਾ, ਜੋ ਕਿ ਉਸ ਦੀ ਇੱਕ ਤਰੀਕੇ ਦੀ ਆਖਰੀ ਯਾਤਰਾ ਸਾਬਤ ਹੋਈ, ਜੋ ਕਿ ਪਰਿਵਾਰ ਦੇ ਲਈ ਬਹੁਤ ਵੱਡਾ ਘਟ ਹੈ। ਕਿਉਂਕਿ ਦੋਸਤੋ ਕਿਤੇ ਨਾ ਕਿਤੇ ਬੇਸ਼ੱਕ ਆਪਾਂ ਇਹ ਨਹੀਂ ਕਹਿੰਦੇ ਕਿਹਨੇ ਸਹੀ ਕੀਤਾ ਕੀ ਗਲਤ ਕੀਤਾ, ਪਰ ਇਹ ਗਲਤ ਸੀ ਕਿ ਤਰੀਕੇ ਬਹੁਤ ਹੋਰ ਸੀਗੇ ਉਹਨੂੰ ਸਮਝਾਉਣ ਦੇ, ਬੱਚੇ ਨੂੰ ਰੋਕਣ ਦੇ। ਇਸੇ ਕਰਕੇ ਸ਼ਾਇਦ ਇਸ ਕੇਸ ਦੇ ਨਾਲ ਲੋਕ ਭਾਵਨਾਤਮਕ ਤੌਰ 'ਤੇ ਜੁੜੇ ਹੋਏ ਨੇ, ਵਿਰੋਧ ਕਰ ਰਹੇ ਨੇ ਕਿ ਮੁੰਡੇ ਨੂੰ ਪਿਆਰ ਨਾਲ ਸਮਝਾ ਸਕਦੇ ਸੀ। ਜੇਕਰ ਤੁਹਾਨੂੰ ਲੱਗ ਰਿਹਾ ਸੀ ਕੋਈ ਇੱਦਾਂ ਦੀ ਗੱਲ ਸੀ ਵੀ ਪਿਆਰ ਨਾਲ ਨਹੀਂ ਸਮਝਾਉਣ ਵਾਲੀ ਸੀ, ਤੁਸੀਂ ਉਹਦੇ ਪਰਿਵਾਰ ਨੂੰ ਬੁਲਾ ਕੇ ਉਹਨਾਂ ਦੀ ਸਪੁਰਦ ਕਰ ਸਕਦੇ ਸੀ, ਪੁਲਿਸ ਦੇ ਵਿੱਚ ਦੇ ਸਕਦੇ ਸੀ। ਬਹੁਤ ਸਾਰੇ ਕਾਰਨ ਸੀ, ਸ਼ਾਇਦ ਉਹ ਜਾਨ ਬਚ ਜਾਂਦੀ, ਉਹਦੇ ਨਾਲ ਕਈ ਹੋਰ ਜੋ ਜਾਨਾਂ ਖਾਸੀਅਤ 'ਤੇ ਚਲੀਆਂ ਗਈਆਂ ਨੇ ਉਹ ਵੀ ਬਚ ਜਾਂਦੀਆਂ, ਅਤੇ ਕੁੜੀ ਵਾਲਾ ਪਰਿਵਾਰ ਵੀ ਕਿਤੇ ਨਾ ਕਿਤੇ ਇਸ ਸਮੇਂ ਮੁਸ਼ਕਲਾਂ ਦੇ ਵਿੱਚ ਤਾਂ ਹੈ ਹੀ ਹੈ। ਬੇਸ਼ੱਕ ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਪੈਸਾ ਦਿੱਤਾ ਉਹਨਾਂ ਨੇ ਪੁਲਿਸ ਵਾਲਿਆਂ ਨੂੰ, ਪਰ ਦੋਸਤੋ ਜਦੋਂ ਕੇਸ ਹਾਈ ਪ੍ਰੋਫਾਈਲ ਹੋ ਜਾਂਦਾ, ਇੰਨੇ ਜ਼ਿਆਦਾ ਚਰਚਾ ਦੇ ਵਿੱਚ ਆ ਜਾਂਦਾ, ਤਾਂ ਉੱਥੇ ਪੈਸਾ ਵੀ ਮੈਟਰ ਨਹੀਂ ਕਰਦਾ, ਕੰਮ ਨਹੀਂ ਕਰਦਾ। ਕਾਨੂੰਨ ਦੇ ਹਿਸਾਬ ਦੇ ਨਾਲ ਦੋਸ਼ੀਆਂ ਨੂੰ ਬਣਦੀ ਕਾਰਵਾਈ ਦੇ ਹਿਸਾਬ ਦੇ ਨਾਲ ਪੂਰੀ ਸਜ਼ਾ ਮਿਲੂਗੀ, ਜਿਸ ਦੇ ਕਰਕੇ ਸੁਨੀਲ ਮੱਲਣ ਜੀ ਵੀ ਸਪੈਸ਼ਲੀ ਚੰਡੀਗੜ੍ਹ ਤੋਂ ਦੋਸਤੋ ਚੱਲੇ, ਤਕਰੀਬਨ 7-7.5 ਕਿਲੋਮੀਟਰ ਦਾ ਏਰੀਆ, ਅਤੇ ਰਸਤੇ ਤੁਸੀਂ ਦੇਖ ਹੀ ਰਹੇ ਹੋ ਕਿਸ ਤਰ੍ਹਾਂ ਦੇ ਰਸਤੇ। ਪਿੱਛੇ ਕਾਫੀ ਤੁਸੀਂ ਸ਼ਾਰਟਸ ਦੇਖੇ ਵੀ ਨੇ, ਕਾਫੀ ਇਹੋ ਜਿਹੇ ਸ਼ਾਰਟਸ ਸੀ ਤੁਹਾਡੇ ਨਾਲ ਨਹੀਂ ਵੀ ਸਾਂਝੇ ਕਰ ਪਾਏ ਕਿਉਂਕਿ ਰਸਤਾ ਵੀ ਇੰਨਾ ਖਰਾਬ ਸੀ, ਉੱਪਰ ਰਾਤ ਦਾ ਸਮਾਂ ਸੀ ਅਤੇ ਮੌਸਮ ਵੀ ਖਰਾਬ ਸੀ। ਔਰ ਸਾਡੇ ਨਾਲ ਸਾਡੇ ਅੱਗੇ ਅੱਗੇ ਮੇਰੇ ਬੜੇ ਪੁਰਾਣੇ ਕਲਾਇੰਟ ਨੇ ਜਿਨ੍ਹਾਂ ਦੇ ਮੈਂ ਕੇਸ ਲੜੇ ਸੀ ਪੰਜਾਬ ਹਰਿਆਣਾ ਹਾਈਕੋਰਟ 'ਚ, ਔਰ ਉਹ ਮੇਰੇ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਮੈਂ ਆ ਰਿਹਾ, ਉਹਨਾਂ ਨੇ ਕੈਂਸਲ ਕਰਵਾ ਦਿੱਤੀ ਉਹਨਾਂ ਨੇ, ਅਤੇ ਉਹਨਾਂ ਨੇ ਸਾਡੀ ਹੋਟਲ ਦੀ ਬੁਕਿੰਗ ਵੀ ਕੈਂਸਲ ਕਰਾਈ ਔਰ ਆਪਣੇ ਘਰ ਰੱਖਿਆ, ਬੜਾ ਪਿਆਰ ਇੱਜ਼ਤ ਦਿੱਤਾ, ਔਰ ਬੜੇ ਅਸੀਂ ਉਹਨਾਂ ਵਾਸਤੇ ਵੀ ਦਿਲੋਂ ਆਭਾਰੀ ਹਾਂ, ਕਰਜ਼ਦਾਰ ਹੋ ਗਏ ਉਹਨਾਂ ਦੇ ਲੂਣ ਖਾ ਕੇ। ਸੋ ਸਾਡੇ ਨਾਲ ਨਾਲ ਅੱਗੇ ਜਾ ਰਹੇ ਨੇ ਲੋਕਲ ਇਹੋ ਜਿਹੇ ਰਸਤਿਆਂ 'ਤੇ, ਕਿ ਜਿਹਦੇ ਕੋਲ ਬੰਦਾ ਹੀ ਨਹੀਂ ਕੋਈ ਲੱਭਦਾ ਰਸਤਾ ਪੁੱਛਣ ਲਈ, ਅਤੇ ਕਿੱਦਾਂ ਪਹੁੰਚਦੇ ਅਸੀਂ। ਹਾਲਾਂਕਿ ਦੋਸਤੋ ਇੱਥੇ ਇੱਕ ਹੋਰ ਇਨਫੋਰਮੇਸ਼ਨ ਐਡ ਕਰਨੀ ਚਾਹਾਂਗਾ ਕਿ ਜੋ ਸ਼ੋਭਾ ਰਾਮ ਜੀ ਸਾਨੂੰ ਦੱਸਣ ਦੇ ਲਈ ਰਸਤਾ ਜਾ ਰਹੇ ਨੇ, ਉਹਨਾਂ ਦੇ ਘਰ ਮੈਰਿਜ ਹੈਗੀ, ਉਹਨਾਂ ਦੇ ਬੇਟੇ ਦੀ 1-2 ਦਿਨ ਬਾਅਦ ਮੈਰਿਜ ਦੇ ਕੰਮ ਕਾਜ ਛੱਡ ਕੇ, ਆਪਣੀ ਜ਼ਿੰਮੇਵਾਰੀਆਂ ਛੱਡ ਕੇ ਸਾਡੇ ਨਾਲ ਇਸ ਕੇਸ ਦੇ ਵਿੱਚ ਤੁਹਾਡੇ ਤੱਕ ਖਬਰ ਪਹੁੰਚਾਉਣ ਦੇ ਲਈ, ਸਾਡੀ ਮਦਦ ਦੇ ਲਈ ਦੇਖ ਲਓ ਨਾਲ ਜਾ ਰਹੇ ਨੇ। ਸੋ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਦੇ ਹਾਂ ਪੂਰੀ ਟੀਮ ਵੱਲੋਂ ਜੀ। ਸੋ ਅੱਜ ਵੀ ਦੇਖੋ ਯਾਰ ਰਸਤੇ ਉਹ ਨੇ ਜਿੱਥੇ ਸੱਚੀ ਮੁੱਚੀ ਦਿਨੇ ਸਾਨੂੰ ਇਕੱਲਿਆਂ ਨੂੰ ਵੀ ਡਰ ਲੱਗਣਾ ਸੀ, ਕਿਉਂਕਿ ਰਸਤਾ ਦੱਸਣ ਵਾਲਾ ਕੋਈ ਨਹੀਂ ਸੀ, ਦੂਰ ਦੂਰ ਤੱਕ ਖੇਤ ਨੇ, ਦੂਰ ਦੂਰ ਤੱਕ ਕੋਈ ਲੈਂਡਮਾਰਕ ਨਹੀਂ ਲੱਗਾ, ਕੋਈ ਨਿਸ਼ਾਨੀ ਨਹੀਂ ਲੱਗੀ, ਕੋਈ ਹਾਸ਼ੀਆ ਆਸ਼ਰਾ ਨਹੀਂ ਹੈ। ਸੋ ਅਸੀਂ ਆਏ ਹਾਂ ਇਸ ਵੇਲੇ ਪੂਰਨਪੁਰ ਤੋਂ ਵੀ ਲਗਭਗ 10 ਕਿਲੋਮੀਟਰ ਹੋਰ ਅੰਦਰ ਨੂੰ ਘਰ ਨੂੰ ਰਸਤਾ ਜਾ ਰਿਹਾ। ਗੋਮਤੀ ਨਦੀ ਦਾ ਵਿਵਾਦ ਜਿੱਥੇ ਹੋਇਆ ਸੀ ਉੱਥੇ ਪੁਲਿਸ ਥਾਣਾ ਬਣਿਆ, ਉਹਨੂੰ ਵੀ ਅਸੀਂ ਟੱਪਿਆ ਰਸਤੇ 'ਚ ਵਾਪਸੀ 'ਤੇ ਦਿਖਾਉਂਦੇ ਹਾਂ ਤੁਹਾਨੂੰ ਉਹ ਜਗ੍ਹਾ ਵੀ, ਔਰ ਜਾ ਰਹੇ ਹਾਂ ਅਸੀਂ ਅੱਗੇ ਜਾ ਕੇ ਤੁਹਾਨੂੰ ਉਹ ਸਾਰੇ ਕਲਿਪਸ ਦਿਖਾਵਾਂਗੇ ਵੀ ਇਹ ਜਿਹੜਾ ਇਲਾਕਾ ਹੈ। ਦੇਖੋ ਦੂਰ ਦੂਰ ਘਰ ਖੇਤਾਂ 'ਚ, ਦੂਰ ਦੂਰ ਘਰ ਜਿਨ੍ਹਾਂ ਨੂੰ ਆਪਾਂ ਪੰਜਾਬ 'ਚ ਡੇਰੇ ਕਹਿੰਦੇ ਹਾਂ, ਇਹ ਉਹ ਡੇਰੇ ਬਣੇ ਨੇ ਲੋਕਾਂ ਦੇ,
ਔਰ ਉਹਨਾਂ ਡੇਰਿਆਂ ਦੇ ਲੋਕ ਰਹਿੰਦੇ ਨੇ ਰਿਮੋਟ ਏਰੀਆ 'ਚ, ਪੈਲੀਆਂ ਦੇ ਵਿੱਚ ਘਰ ਹੈ, ਅਤੇ ਭਲੇ ਜ਼ਮਾਨੇ ਆ ਜਿੱਥੇ ਆ ਕੇ ਵੱਸੇ ਸੀ ਇਹ ਲੋਕ, ਜਿਨ੍ਹਾਂ ਨੇ ਆ ਕੇ ਇਸ ਇਲਾਕੇ ਨੂੰ ਉਪਜਾਊ ਕੀਤਾ। ਔਰ ਪੰਜਾਬੀ ਤੁਹਾਨੂੰ ਪਤਾ ਹੈ ਬਰਫ਼ਾਂ ਚਾਲੂ ਉਗਾ ਦਿੰਦੇ ਨੇ। ਬਟ ਇਹ ਜਿਹੜਾ ਮੁੱਦਾ ਹੈ ਇਹਦੇ ਵਿੱਚ ਬੜੀ ਕਲੀਅਰ ਗੱਲ ਹੈ ਕਿ ਇਹੋ ਜਿਹੇ ਇਲਾਕੇ 'ਚ ਮੁੰਡਾ ਆਪ ਨਹੀਂ ਸੀ ਆ ਸਕਦਾ ਜਦ ਤੱਕ ਉਹਨੂੰ ਇਨਵੀਟੇਸ਼ਨ ਕੋਈ ਨਹੀਂ ਸੀ। ਸੋ ਇਨਵਾਈਟ ਕੀਤਾ ਹੋਇਆ ਹੋਏਗਾ ਲੜਕੀ ਨੇ, ਤਾਂ ਹੀ ਉਹ ਆਇਆ ਇੱਥੇ ਮਿਲਣ ਉਹਨੂੰ। ਔਰ ਇਹ ਵੀ ਸੁਣਨ 'ਚ ਆਇਆ ਕਿ ਬੜਾ ਇਨਸਿਸਟ ਕੀਤਾ ਸੀ ਉਹਨੂੰ ਕਿ ਨਹੀਂ ਤੂੰ ਆ ਮਿਲ 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 ਮਿਲ, ਨਹੀਂ ਤਾਂ ਮੈਂ ਕੁਛ ਕਰ ਲੈਣਾ। ਸੋ ਗੱਲਾਂ ਬੜੀਆਂ ਮਤਲਬ ਅੰਦਰ ਦੀਆਂ ਨੇ। ਜਿਹੜੀ ਪਨਿਸ਼ਮੈਂਟ ਉਹਨਾਂ ਨੇ ਦਿੱਤੀ ਹੈ ਉਸ ਘਰ ਦਾ ਤਾਂ ਇੱਕ ਰਾਹ ਮੋੜਤਾ ਖੈਰ ਕਹਾਂਗੇ, ਪਰ ਜਿਹੜਾ ਬਚਿਆ ਪਰਿਵਾਰ ਹੈ ਲੜਕੀ ਵਾਲਾ ਉਹਦੇ ਲਈ ਵੀ ਜ਼ਿੰਦਗੀ ਭਰ ਚੈਨ ਨਹੀਂ ਮਿਲਣਾ। ਜਿਹੜੀ ਭਟਕਦੀ ਆਤਮਾ ਹੈ ਉਹਨੇ ਵੀ ਉਹਨੂੰ ਪਰੇਸ਼ਾਨ ਕਰਨਾ, ਔਰ ਜਿਹੜੀ ਪਾਪ ਉਹਨਾਂ ਨੇ ਕੀਤਾ ਉਹਦੀ ਗਿਲਟ ਜਿਹੜੀ ਹੈ, ਉਹਦਾ ਜਿਹੜਾ ਦੋਸ਼ ਹੈ ਦਿਲ 'ਚ, ਉਹਨੇ ਵੀ ਨਹੀਂ ਉਹਨੂੰ ਜੀਣ ਦੇਣਾ। ਔਰ ਇੱਕ ਪਰਿਵਾਰ ਨਾਲ ਕਈ ਪਰਿਵਾਰ ਮਾਰੇ ਇਹਨਾਂ ਨੇ। ਪਨਿਸ਼ਮੈਂਟ ਮਿਲੇਗੀ, ਡੈਫੀਨੇਟਲੀ ਮਿਲਣੀ ਹੈ। ਦੇਖੋ ਦੂਰ ਦੂਰ ਘਰ ਬਣੇ ਨੇ, ਛੋਟੇ ਡੇਰੇ ਵੱਡੇ ਡੇਰੇ, ਔਰ ਦੂਰ ਦੂਰ ਤੱਕ ਇੱਥੇ ਰਾਤ ਨੂੰ ਬੱਤੀ ਵੀ ਹੈ। ਸਰ ਉਹੀ ਇਮੇਜਿਨ ਕਰਕੇ ਦੇਖੀਏ ਕਿ ਰਾਤ ਦੇ 12-1-2 ਵਜੇ ਦਾ ਸਮਾਂ ਹੋਊਗਾ, ਕਿੱਦਾਂ ਦਾ ਮਾਹੌਲ ਹੋਊਗਾ ਉਸ ਸਮੇਂ, ਆਪਾਂ ਆਪੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਕੋਈ ਮੁੰਡਾ ਇੰਨੀ, ਆਪਾਂ ਚਲੋ ਇੱਕ ਪਰਸਨਲ ਓਪੀਨੀਅਨ ਕਹਿ ਸਕਦੇ ਹਾਂ ਕਿ ਕੋਈ ਇੰਨੀ ਹਿੰਮਤ ਨਹੀਂ ਕਰ ਸਕਦਾ ਜਦੋਂ ਤੱਕ ਸਾਹਮਣੇ ਉਹ ਤੇ ਕੋਈ ਪ੍ਰੈਸ਼ਰ ਨਾ ਹੋਵੇ, ਇਨਵੀਟੇਸ਼ਨ ਨਾ ਹੋਵੇ। ਬਿਲਕੁਲ ਜੀ। ਸੋ ਕੋਈ ਮੋੜ ਤੇ ਰਸਤਾ ਕੋਈ ਕੁਛ ਨਹੀਂ ਲਿਖਿਆ, ਦੂਰ ਤੱਕ ਇਹੋ ਜਿਹੇ ਜੰਗਲ ਬਣੇ ਪਏ ਨੇ। ਔਰ ਇਹ ਵੀ ਦੱਸ ਦਈਏ ਤੁਹਾਨੂੰ, ਜਿਹੜਾ ਇੱਥੇ ਫੋਰੈਸਟ ਰਿਜ਼ਰਵ ਹੈ ਜਿੱਥੇ ਟਾਈਗਰ ਵੀ ਹੈ, ਉਹ ਫੋਰੈਸਟ ਰਿਜ਼ਰਵ ਵੀ ਇੱਥੋਂ 1-2 ਕਿਲੋਮੀਟਰ ਦੀ ਦੂਰੀ ਤੇ ਹੈ। ਔਰ ਅਸੀਂ ਇੱਕ ਤਰ੍ਹਾਂ ਦੀ ਜੰਗਲਾਤ ਮਹਿਕਮੇ ਦੇ ਆਸ ਪਾਸ ਘੁੰਮ ਰਹੇ ਹਾਂ, ਇਹ ਵੀ ਸੁਣਨ 'ਚ ਆਇਆ ਵੀ ਜੰਗਲੀ ਜਾਨਵਰ ਵੀ ਇੱਥੇ ਰਾਤ ਆਉਂਦੇ ਨੇ ਔਰ ਬਾੜੇ ਲਾਏ ਨੇ ਸਾਰੇ ਪੰਜਾਬੀਆਂ ਨੇ ਖੇਤਾਂ ਦੇ ਦੁਆਲੇ ਦੁਆਲੇ, ਤਾਂ ਜੋ ਇਹ ਦੇਖੋ ਖੇਤੀ ਮੂੰਗਫਲੀ, ਮੂੰਗਫਲੀ ਦੀ ਖੇਤੀ ਖੇਤੀ ਵਿਭਿੰਨਤਾ ਕਾਫੀ ਹੈ ਇੱਧਰ ਵੈਸੇ ਦੇਖਿਆ ਯੂਪੀ ਦੇ ਵਿੱਚ, ਜਿਵੇਂ ਆਪਣੇ 2-3 ਫਸਲਾਂ ਤੇ ਜ਼ੋਰ ਹੈ। ਦੋਸਤੋ ਤੁਸੀਂ ਦੇਖ ਸਕਦੇ ਹੋ ਉਹ ਮੁੰਡੇ ਦਾ ਘਰ ਇੱਥੋਂ ਤਕਰੀਬਨ 10-15 ਕਿਲੋਮੀਟਰ ਹੋਣਾ, 20 ਕਿਲੋਮੀਟਰ, 15 ਕਿਲੋਮੀਟਰ ਤੇ ਪੂਰਨਪੁਰ ਆ, ਪੂਰਨਪੁਰ ਤੋਂ ਵੀ 6 ਕਿਲੋਮੀਟਰ ਥੱਲੇ ਨੂੰ ਉੱਥੇ ਗੁਰਦੁਆਰਾ ਸਾਹਿਬ, ਉਹਦੇ ਨਾਲ ਸੜਕ ਉਤਰਦੀ ਹੈ, 6-7 ਕਿਲੋਮੀਟਰ ਉੱਧਰ ਨੂੰ ਵੀ ਜਾਂਦੀ ਉਹ ਸੜਕ। ਬਾਕੀ ਦੋਸਤੋ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਣਾ ਕਿ ਤੁਸੀਂ ਸਾਰਾ ਕੇਸ ਤਕਰੀਬਨ ਸਾਰਿਆਂ ਦੇ ਸਾਹਮਣੇ ਹੀ ਆ, ਹੋਰ ਵੀ ਐਕਸਕਲੂਸਿਵ ਖੁਲਾਸੇ ਹੋਣਗੇ ਕਿ ਤੁਹਾਨੂੰ ਕੀ ਲੱਗਦਾ ਕੀ ਸਹੀ ਹੈ ਕੀ ਗਲਤ ਹੈ। ਜੰਗਲ ਵਰਗਾ ਇਲਾਕਾ, ਬਿਲਕੁਲ ਜੰਗਲ ਵਰਗਾ ਇਲਾਕਾ, ਛੋਟੀ ਜਿਹੀ ਗੱਡੀ ਜਾਣ ਜੋਗੇ ਰਸਤਾ ਹੈ, ਅੱਗੋਂ ਕੋਈ ਆ ਜਾਏ ਤੇ ਜਾਇਆ ਨਹੀਂ ਜਾ ਸਕਦਾ। ਜ਼ਿਆਦਾਤਰ ਪੰਜਾਬੀਆਂ ਨੇ ਇਸ ਤਰ੍ਹਾਂ ਖੇਤਾਂ 'ਚ ਆਪਣੇ ਡੇਰੇ ਪਾਏ ਨੇ ਔਰ ਉਹਦੇ ਉੱਥੇ ਰਹਿੰਦੇ ਨੇ, ਕਿੱਦਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹੋਣਗੇ। ਔਰ ਇਹੋ ਜਿਹੇ ਇਲਾਕੇ 'ਤੇ ਉਹ ਬੱਚਾ ਆਇਆ, ਨੋ ਡਾਊਟ ਇਸ ਇਲਾਕੇ ਦਾ ਰਹਿਣ ਵਾਲਾ ਜੰਮਪਲ ਹੈ, ਬਟ ਫਿਰ ਵੀ ਬਿਨਾਂ ਇਨਵੀਟੇਸ਼ਨ ਤੋਂ ਨਹੀਂ ਆ ਸਕਦਾ ਕੋਈ ਵੀ ਜਾਣਾ, ਜਿਹਨੂੰ ਟਿਕਾਣਾ ਪਤਾ ਹੋਏਗਾ ਉਹ ਹੀ ਆਏਗਾ। ਔਰ ਬੱਚੇ ਇਸ਼ਾਰਾ ਕਰ ਰਹੇ, ਉਹਨਾਂ ਨੂੰ ਵੀ ਪਤਾ ਹੈ ਵੀ ਕਿੱਥੇ ਕੀ ਹੋਇਆ। ਇਹ ਗੱਲ ਬੜੀ ਹੈਰਾਨੀਯੋਗ ਹੈ ਕਿ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਰਸਤਾ ਪੁੱਛਿਆ ਗਿਆ ਸਾਡੇ ਸ਼ੋਅ ਕੁਝ ਬੋਲਦੇ ਤੋਂ ਪਹਿਲਾਂ ਹੀ ਦੱਸ ਦਿੰਦੇ, ਸਾਰਿਆਂ ਨੂੰ ਪਤਾ ਵੀ ਇੱਧਰ ਏਰੀਆ 'ਚ ਜਾਣਾ।
ਅੱਗੇ ਰਸਤਾ ਸ਼ਾਇਦ ਬੰਦ ਹੈ, ਪੁਲੀ ਬੰਦੀ ਪਈ ਹੈ, ਰਸਤਾ ਪੁੱਛ ਰਹੇ ਨੇ। ਹਰ ਬੰਦੇ ਨੂੰ ਪਤਾ ਵੀ ਉਹ ਕਿੱਥੇ ਵਾਰਦਾਤ ਹੋਈ ਹੈ ਤੇ ਕਿਸ ਤਰ੍ਹਾਂ ਉੱਥੇ ਪਹੁੰਚਿਆ ਜਾ ਸਕਦਾ ਹੈ। ਜਿੰਨੇ ਨਾਲ ਵੀ ਹੁਣ ਇੱਧਰ ਜੀ ਆਪਣੀ ਗੱਲ ਵੀ ਹੋਈ ਹੈ, ਸਾਰੇ ਮਾੜਾ ਹੀ ਕਹਿ ਰਹੇ ਨੇ ਵੀ ਗਲਤ ਕੰਮ ਕੀਤਾ ਹੈ, ਗਲਤ ਕੰਮ ਕੀਤਾ ਉਸ ਲੜਕੀ ਨੇ। ਤੁਸੀਂ ਥੈਂਕਫੁਲ ਹਾਂ ਸ਼ੋਭਾ ਰਾਮ ਜੀ ਦੇ, ਜਿਨ੍ਹਾਂ ਨੇ ਆਪਣਾ ਬਹੁਤ ਸਮਾਂ ਜ਼ਿਆਦਾ ਲੱਗਦਾ, ਮੁਸ਼ਕਲਾਂ ਆਉਂਦੀਆਂ ਜੇ ਨਾ ਨਾਲ ਹੁੰਦੇ ਸਾਡੀ ਹੈਲਪ ਦੇ ਲਈ, ਸ਼ਾਇਦ ਇਸੇ ਕਰਕੇ ਹੁਣ ਤੱਕ ਐਕਸਕਲੂਸਿਵ ਵੀਡੀਓ ਨਹੀਂ ਕਿਸੇ ਕੋਲ ਪਹੁੰਚੀ, ਕਿਉਂਕਿ ਚੈਨਲ ਨੂੰ ਆਉਣਾ ਕਾਫੀ ਮੁਸ਼ਕਲ ਸੀ ਇੱਥੇ। ਅਸੀਂ ਵੀ ਸਿਰਫ ਤੁਹਾਡੇ ਤੱਕ ਹਰ ਇੱਕ ਇਨਫੋਰਮੇਸ਼ਨ ਲੈਣ ਦੇ ਦੇਣ ਦੇ ਲਈ ਵੀ ਤੁਹਾਨੂੰ ਹਰ ਸਟੀਕ ਤੇ ਸਹੀ, ਕਿਉਂਕਿ ਅਫਵਾਹਾਂ ਬਹੁਤ ਫੈਲ ਰਹੀਆਂ ਨੇ, ਕੁਝ ਲੋਕ ਵੀ ਉਸਦੇ ਲਈ ਗਲਤ ਇਨਫੋਰਮੇਸ਼ਨ ਦੇ ਰਹੇ ਨੇ। ਇਸ ਲਈ ਤੁਹਾਡੇ ਤੱਕ ਸਟੀਕ ਇਨਫੋਰਮੇਸ਼ਨ ਦੇ ਲਈ ਸਾਡੀ ਟੀਮ ਸਪੈਸ਼ਲੀ ਪੰਜਾਬ ਤੋਂ ਚੰਡੀਗੜ੍ਹ ਤੋਂ ਇੱਥੇ ਪਹੁੰਚੀ ਹੈ, ਤਕਰੀਬਨ 7-750 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ। ਮੇਰੇ ਭੈਣ ਜੀ ਨੇ ਇੱਕ ਨਿਊਜ਼ੀਲੈਂਡ ਤੋਂ ਬੜਾ ਪਿਆਰ ਉਹਨਾਂ ਨੇ ਅੱਜ ਜਤਾਇਆ, ਉਹਨਾਂ ਨੇ ਮੈਨੂੰ ਇਹ ਵੀ ਲਿਖਿਆ ਕਿ ਸੁਨੀਲ ਜੀ ਮੈਨੂੰ ਆਪਣਾ ਅਕਾਊਂਟ ਨੰਬਰ ਭੇਜੋ, ਮੈਂ ਉਹਦੇ 'ਚ ਪੈਸੇ ਪਾਉਣੇ ਆ, ਐਟਲੀਸਟ ਜੋ ਤੁਸੀਂ ਟਰੈਵਲ ਕੀਤਾ ਉਹਦੀ ਕੋਸਟ ਜਾਂ ਜਿਹੜੀ ਤੁਹਾਡੀ ਸਟੇ ਦੀ ਕੋਸਟ ਹੈ। ਸੋ ਮੈਂ ਥੈਂਕਫੁਲ ਹਾਂ ਉਹਨਾਂ ਦਾ ਵੀ। ਆਹ ਦੇਖੋ ਗੰਨੇ ਦੇ ਕਮਾਦ ਲੱਗੇ ਕਿਸ ਤਰ੍ਹਾਂ, ਇੰਨਾ ਇਹ ਜੀ ਕਿਸੇ ਇੱਕ ਕਮਾਦ ਦੇ ਵਿੱਚ ਜੋ ਹਰਚਰਨ ਸਿੰਘ ਦੀ ਲਾਸ਼ ਮਿਲੀ ਸੀ। ਸੋ ਭੈਣ ਜੀ ਨੇ ਅੱਗੋਂ ਵੀ ਵਾਅਦਾ ਕੀਤਾ, ਔਰ ਉਹਨਾਂ ਨੇ ਇਹ ਵੀ ਮੈਨੂੰ ਕਿਹਾ ਕਿ ਜਿਹੜੇ ਬੰਦੇ ਗਲਤ ਅਫਵਾਹ ਫੈਲਾਉਂਦੇ ਨੇ ਉਹਨਾਂ ਦੇ ਬਾਰੇ ਕੋਈ ਸਟ੍ਰਿਕਟ ਐਕਸ਼ਨ ਇਨੀਸ਼ੀਏਟ ਕਰਾਂ ਮੈਂ ਯੂਟਿਊਬਰਸ ਦੇ ਉੱਤੇ। ਸੋ ਮੇਰੀ ਤੇ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ। ਤੇ ਸੱਜੇ ਹੱਥ ਜੇ ਭਾਜੀ ਤੁਸੀਂ ਦਿਖਾਓ ਨਾ, ਉਹ ਅੱਗੇ ਜਿਹੜੇ ਪੇੜ ਹੈ ਉਹ ਸਾਰੇ ਜੰਗਲ ਹੀ ਹੈ, ਅਸਲੀ ਜੰਗਲਾਤ ਵਾਲਾ ਇਲਾਕਾ ਹੈ। ਇਸ ਤਰ੍ਹਾਂ ਹੀ ਕਮਾਦ ਲੱਗੇ ਨੇ, ਇਸ ਤਰ੍ਹਾਂ ਹੀ ਜੰਗਲਾਤ ਨੇ ਸਾਰੇ। ਤੇ ਇਮੇਜਿਨ ਕਰ ਸਕਦੇ ਆਪਾਂ ਰਾਤ ਦੇ ਸਮੇਂ ਦਾ ਜੰਗਲ ਆ ਗਏ ਸਾਹਮਣੇ, ਇਹ ਸਾਰੇ ਜੰਗਲਾਤ ਨੇ ਜੀ। ਕੋਈ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਸਮੇਂ ਦਾ ਸੀਨ ਕ੍ਰੀਏਟ ਕਰਨ ਦੀ, ਦਿਮਾਗ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ, ਕਿਵੇਂ ਹਨੇਰੇ ਦੇ ਵਿੱਚ ਉਹ ਬੱਚਾ ਆਇਆ। ਇੱਕ ਅੱਗੇ ਸਰਦਾਰ ਫੈਮਿਲੀ ਆਈ ਹੈ, ਸਰਦਾਰ ਜੀ ਸਾਡੇ ਰਸਤਾ ਪੁੱਛਣ ਵਾਸਤੇ ਉਹਨਾਂ ਨੂੰ। ਵੀਰੇ ਕਿਹੜੀ ਦੱਸਿਓ ਮਾੜਾ ਜਿਹਾ, ਉਹ ਕੁੜੀ ਦਾ ਘਰ ਗਿਰਜਾ ਬਣਿਆ ਕਾਫੀ, ਕਹਿੰਦੇ ਆਲੀਸ਼ਾਨ ਵੱਡਾ ਉਹ ਹੈ ਸਰ, ਉਹ ਹੈ ਜੀ, ਉਹ ਸਾਹਮਣੇ ਜੀ ਹਾਂਜੀ ਵਾੜ ਲੱਗੀ ਹੈ। ਪਹਿਲਾਂ ਅੱਗੋਂ ਸ਼ਾਰਟ ਲਾਈਏ, ਉਹ ਸਫੇਦ ਵਾਲਾ ਘਰ ਹੈ, ਰਸਤਾ ਵਗੈਰਾ ਪਿੱਛੋਂ ਨੇ ਰਸਤਾ ਉਹ ਵਾਲੇ ਕਮਾਦ ਨੇ, ਉਹ ਸਫੇਦ ਵਾਲਾ ਦੇਖੋ ਰਸਤਾ ਹੈ ਜਾਣੇ ਲਾਇਕ, ਠੀਕ ਹੈ ਆਪਾਂ ਅੱਗੋਂ ਸ਼ਾਰਟ ਲੈ ਕੇ ਆਉਂਦੇ। ਔਰ ਇਹ ਸਾਹਮਣੇ ਦੋਸਤੋ ਘਰ ਉਹ ਕਾਤਲਾਂ ਦਾ ਜਿਨ੍ਹਾਂ ਨੇ ਬੱਚੇ ਨੂੰ ਮਾਰਿਆ, ਇਹ ਨਾਲ ਕਮਾਦ ਹੈ ਜਿੱਥੇ ਮਾਰ ਕੇ ਉਹਨਾਂ ਨੇ ਸੁੱਟਤਾ ਸੀ। ਸੋ ਵਾਕਈ ਗੱਲ ਪੱਕੀ ਹੈ ਕਿ ਇਹੋ ਜਿਹੇ ਥਾਂ ਤੇ ਆ ਕੇ ਕੋਈ ਇਕੱਲਾ ਕਿਵੇਂ ਵਾਪਸ ਜਾਏਗਾ। ਸੋ ਬੜੇ ਹੀ ਅਫਸੋਸ ਦੀ ਤੇ ਸ਼ਰਮਨਾਕ ਹਰਕਤ ਹੋਈ ਹੈ ਜਿਹੜੀ ਇਹ ਸਾਹਮਣੇ ਰਿਹਾ ਸਾਡੇ ਬਿਲਕੁਲ ਘਰ। ਸੋ ਇਹ ਐਕਸਕਲੂਸਿਵ ਜਿਹੜੇ ਖੁਲਾਸੇ ਨੇ ਸੁਨੀਲ ਮੱਲਨ ਜੀ ਤੇ ਨਾਲ ਮੈਂ ਮਤਲਬ ਤੇ ਨਾਲੇ ਅਨਲਿਮਿਟਿਡ ਗਿਆਨ ਦੀ ਟੀਮ ਅਸੀਂ ਆਏ ਹਾਂ। ਸਾਹਮਣੇ ਉਹ ਕਮਾਦ ਹੈ ਜਿੱਥੇ ਉਸ ਬੱਚੇ ਨੂੰ ਇਹਨਾਂ ਨੇ ਬੇਰਹਿਮੀ ਨਾਲ ਮਾਰ ਕੇ ਸੁੱਟਿਆ।
ਦੇਖੋ ਰਸਤੇ ਲੋਕਲ ਬੰਦਿਆਂ ਨੂੰ ਵੀ ਰਸਤਿਆਂ ਦਾ ਭੁਲੇਖਾ ਪੈ ਰਿਹਾ, ਔਰ ਜਿਹੜਾ ਬੰਦਾ ਵੀ ਰਸਤਾ ਦੱਸਦਾ ਉਹ ਨਾਲ ਬੜੀ ਸ਼ਰਮਿੰਦਗੀ ਮਹਿਸੂਸ ਕਰਦਾ ਵੀ ਮੇਰੇ ਏਰੀਏ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕੀਤਾ ਲੋਕਾਂ ਨੇ। ਡੈਫੀਨੇਟਲੀ ਲੋਕ ਜਾਣਦੇ ਹੋਣਗੇ, ਉਹਨਾਂ ਨੂੰ ਬਹੁਤ ਲਾਨਤਾਂ ਪੈ ਰਹੀਆਂ ਨੇ, ਬਹੁਤ ਜ਼ਿਆਦਾ ਹੀ, ਔਰ ਕੰਮ ਵੀ ਬੜਾ ਗੰਦਾ ਕੀਤਾ। ਮਾਰਨਾ ਕੋਈ ਸਲੂਸ਼ਨ ਥੋੜੀ ਸੀ। ਮੈਂ ਸ਼ੀਸ਼ਾ ਥੱਲੇ ਕਰਦਾ ਭਾਜੀ, ਕਲੈਰਿਟੀ ਨਾਲ ਫੋਟੋ ਆ ਜਾਏਗੀ। ਸ਼ਾਇਦ ਜੇਕਰ ਇਨਸਾਨੀਅਤ ਦਿਖਾਉਂਦੇ ਕੋਈ ਕਦਮ ਚੁੱਕਦੇ ਤਾਂ ਜਿਹੜੀ ਅੱਜ ਲੋਕ ਇਹਨਾਂ ਕੁੜੀ ਵਾਲਿਆਂ ਦੇ ਵਿਰੋਧ ਨੇ, ਵਿਰੋਧ ਦੇ ਵਿੱਚ ਨੇ, ਉਹਨਾਂ ਦੇ ਹੱਕ ਦੇ ਵਿੱਚ ਖੜਦੇ। ਮੇਰੇ ਖਿਆਲ ਚ ਇਹੀ ਜਾਂਦੇ ਅੱਗੇ ਕਿ ਬਾਪੂ ਜੀ ਆ ਰਹੇ ਨੇ ਗੱਡਾ ਲੈ ਕੇ, ਇੱਥੇ ਖੜਾਏ ਜਾਂਦੇ ਨਹੀਂ, ਆਪਾਂ ਚੱਲਾਂਗੇ ਗੱਡੀ ਨਾਲ ਹੀ ਮੋੜ ਲਿਆਵਾਂਗੇ ਨਾ, ਉਹ ਗੱਡਾ ਆ ਗਏ ਪਹਿਲਾਂ। ਅੱਜ ਆਉਣੇ ਤਾਂ ਉਸ ਤੋਂ ਪਹਿਲੇ ਜੀ ਵੀਰ ਜੀ। ਹਾਂਜੀ ਹਾਂਜੀ ਕੁਲਵਿੰਦਰ ਵੀਰ, ਕਿੱਥੋਂ ਭਲਾ ਭਾਜੀ ਆਉਣ ਲੱਗੇ? ਠੀਕ ਹੈ ਵੀਰ ਜੀ, ਠੀਕ ਹੈ ਜੀ, ਓਕੇ। ਪਹਿਲਾਂ ਭਾਜੀ ਵੀਡੀਓ ਬੰਦ ਕਰ ਲਓ। ਤੁਸੀਂ ਕੀ ਲੱਗਦੇ ਦਾਦਾ ਜੀ ਕੁੜੀ ਦੇ? ਤੁਸੀਂ ਦਾਦਾ ਜੀ ਲੱਗਦੇ ਕੁੜੀ ਦੇ? ਜਿਹੜੀ ਵੱਟੇ ਫਿਰ ਸਾਡੇ ਝੋਨੇ ਤੋਂ ਪਰਲਾ ਝੋਨਾ ਗਿਆ, ਉਹਨੇ ਜਿਹੜੀ ਵੱਟੇ ਅਸੀਂ ਮੁੜਿਆ ਉਸੇ ਵੱਟੇ ਕੁੱਤਾ ਉਹਨੂੰ ਸੁੰਗ ਕੇ ਉੱਥੋਂ ਮੁੜ ਕੇ ਜਿੱਥੋਂ ਗੰਨਾ ਜਾ ਕੇ ਵੜਿਆ ਉੱਥੇ ਗੰਨੇ ਚਾਹ ਜਿੱਥੇ ਆ ਕੇ ਲੱਗਾ ਤਾਰਨ ਉੱਥੋਂ ਆਇਆ ਉੱਥੋਂ। ਇਹ ਬੇਟੀ ਕੀ ਕਰਦੀ ਹੈ? ਪੜ੍ਹਦੀ ਹੈ ਜੀ? ਪੜ੍ਹ ਕੇ ਹਟ ਗਈ ਨਾ, ਹੁਣ ਤਾਂ ਪਹਿਲਾਂ ਫੇਲ ਹੋ ਗਈ ਹੈ ਕਿ ਪੇਪਰ ਹੀ ਨਹੀਂ ਪਾਇਆ ਮਾਰਕ ਕਰਾਉਣ। ਕਿਹੜੀ ਕਲਾਸ 'ਚ? ਹਾਂ ਹੁਣ ਤਾਂ ਬੰਦ ਨੇ, ਆਨਲਾਈਨ ਚੱਲ ਰਿਹਾ ਚੱਲਣ ਚੋ ਤੇ ਫੇਰ ਅਗਲੇ ਪੇਪਰ ਹੀ ਬਾਬਾ ਜੀ। ਉਹ ਵੀ ਥਾਂ ਵਿਖਾਇਓ ਜ਼ਰੂਰ ਜਿਹੜੇ ਜਿੱਥੋਂ ਦੀ ਕੁੱਤੇ ਉਹਨਾਂ ਨੇ ਚੁਰਾਏ। ਉਹ ਤਾਂ ਉਧਰ ਉਹ ਟੀਨ ਜੀ ਨਹੀਂ ਗਈ ਬਾਬਾ ਜੀ, ਅਸੀਂ ਬਾਹਰ ਹਾਂ ਕਰਾਂਗੇ ਸੋ ਐਤਵਾਰ ਦੇ ਉਹ ਰੁੱਖ ਜਾ ਜਿਹੜਾ। ਅਮਰੀਕਾ ਚ ਆਈ ਕੁੜੀ ਦਾ ਪਿਓ ਕਿੰਨੇ ਸਾਲ ਹੋ ਗਏ? ਕਿੰਨੇ ਸਾਲ ਹੋ ਗਏ? ਪੱਕੇ ਹੋਣਗੇ ਫਿਰ ਤਾਂ ਉਹ ਤਾਂ ਉਧਰ। ਅੱਛਾ ਪੱਕੇ ਨੀ, ਕੱਚੇ ਹੀ ਨੇ ਜੀ? ਆਏ ਵੀ ਹੋਣਗੇ ਵਿੱਚ ਦੀ ਕਿ ਨਹੀਂ ਅਜੇ?
ਔਖਾ ਹੀ ਆ ਜੀ ਕੱਚੇ ਬੰਦੇ ਨੂੰ ਵੀ ਦੇਖ ਲੋ ਕਿੱਥੇ ਪਰਿਵਾਰ ਤੋਂ ਦੂਰ ਕੋਈ ਇਹ ਕਿੰਨੇ ਕੁ ਦਿਨ ਦੀ ਘਟਨਾ ਜੀ ਜਿਹੜੀ ਹੋਈ ਆ ਮੁੰਡੇ ਵਾਲੀ ਤੁਹਾਨੂੰ ਤਾਂ ਨੀ ਕੋਈ ਬੁਲਾਇਆ ਥਾਣੇ ਥੋਣੇ ਤੁਹਾਨੂੰ ਵੀ ਬੁਲਾਇਆ ਕੱਲੇ ਕੁੜੀ ਤੇ ਮਾਤਾ ਨੂੰ ਉਹਨਾਂ ਨੂੰ ਸਾਰੀ ਪੁਲਿਸ ਆਉਂਦੀ ਰਹੀ ਉਹਨਾਂ ਨੂੰ ਸੱਚਾਈ ਪਤਾ ਲੱਗ ਗਿਆ ਨਾ ਉਧਰੋਂ ਅੱਛਾ ਜੀ ਕਿਲਾ ਦਾ ਗੰਨਾ ਕਿਤੇ ਕਾਰ ਲੱਗ ਗਈ ਜਿਹੜਾ ਡੀ ਐਸ ਪੀ ਆ ਸੀ ਓ ਆ ਕੋਤਵਾਲ ਆ ਏਡਾ ਸਮਝਦਾਰ ਕੋਤਵਾਲ ਆ ਨਾ ਉਹਨੂੰ ਸਭ ਪੂਰਾ ਪਤਾ ਲੱਗ ਗਿਆ ਦਾਖਲਾ ਨੀ ਕਿਹਾ ਉਹਨੂੰ ਭੇਜੇ ਸਭ ਉਹ ਕਹਿੰਦਾ ਜਿੰਨਾ ਚਿਰ ਹੁੰਦਾ ਹੁੰਦਾ ਸਚਾਈ ਵੀ ਤੁਹਾਡੇ ਸਾਹਮਣੇ ਲਿਆ ਕੇ ਦਿੱਤਾ ਤੁਹਾਡੇ ਨਾਲ ਹੋਈ ਆ ਗੱਲ ਪੁਲਿਸ ਦੀ ਵੀ 11 ਆਦਮੀ ਸੀ ਇੱਕ ਸੀ ਉੱਥੇ ਅੱਛਾ ਜਦੋਂ ਪੁਲਿਸ ਆਈ ਹੈ ਅਖਬਾਰਾਂ ਵਾਲੇ ਵੀ ਸੀ ਹਰ ਕੇ ਇਹਨਾਂ ਦੀ ਫੋਟੋ ਖਿੱਚੀ ਉਸ ਟਾਈਮ ਫਿਰ ਇਹਨਾਂ ਬਾਅਦ 'ਚ ਕੀ ਵਿਖਾਇਆ ਉੱਥੇ ਤਾਂ ਫੋਟੋ ਚੱਲ ਚਲਾਉਣ ਦੀ ਗਈਆਂ ਜਦੋਂ ਪੋਸਟ ਉੱਥੇ ਹੋ ਗਿਆ ਪੁਲਿਸ ਮਿਲਣਾ ਵੀ 32 ਕਰੰਟ ਲੱਗਾ ਹੁੰਦੀ ਲੱਤ ਨੂੰ ਅੱਛਾ ਪੋਸਟਮਾਰਟਮ ਆ ਗਈ ਰਿਪੋਰਟ ਜੀ ਉਦੋਂ ਹੀ ਆ ਗਈ ਅਤੇ ਜੇ ਚੁੱਕੇ ਨੇ ਉਹ ਜਦੋਂ ਆ ਗਈ ਅਤੇ ਕਰੰਟ ਨਾ ਲੱਗਾ ਤਾਂ ਕਰੰਟ ਕਿਤੇ ਕਿਸੇ ਦਾ ਹੱਥ ਤੱਕ ਨਹੀਂ ਲੱਗਾ ਬੱਚੇ ਕਹਿ ਰਹੇ ਤੇ ਟਮਾਰ ਦੇ ਵੀ ਨਿਸ਼ਾਨ ਆਏ ਨੇ ਅੱਛਾ ਜੀ ਜਦੋਂ ਨਾ ਆਦਮੀ ਕਰੰਟ ਲੱਗਾ ਆਦਮੀ ਜੋ ਡਿੱਗਦਾ ਪੀਣ ਦਾ ਜਿਹੜਾ ਅਰਥ ਆ ਉਹ ਪੂਰੇ ਸਰੀਰ ਚ ਹੋ ਜਾਂਦਾ ਪੂਰੇ ਸਰੀਰ ਚ ਹੋ ਜਾਂਦਾ ਤੇ ਲੋ ਜੰਮੇਗਾ ਜਾਂ ਲੋ ਹੁੰਦਾ ਫਿਰ ਉਸ ਤੋਂ ਮੋਬਾਈਲ ਫੋਟੋ ਹੈ ਕਿਆ ਤੁਹਾਡੇ ਪਰਿਵਾਰ ਦੀ ਫੋਟੋ ਹੈ ਜੀ ਇਹ ਇੰਟਰਨੈਟ ਤੇ ਪਈ ਹੋਈ ਆ ਮੈਡੀਕਲ ਸਟੋਰ ਉਸਨੂੰ ਕਲੀਅਰ ਕਰਨ ਦੇ ਲਈ ਤੇ ਜੋ ਸੱਚ ਹੈ ਸੱਚਾ ਪੱਖ ਤੁਹਾਡੇ ਸਾਹਮਣੇ ਲੈ ਕੇ ਆਉਣ ਦੇ ਲਈ ਅੱਜ ਸਾਡੀ ਟੀਮ ਪਹੁੰਚੀ ਹੈ ਯੂਪੀ ਦੇ ਪੂਰਨਪੁਰ ਬੱਚੀ ਹੈ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਦੋਸਤੋ ਤੇ ਸਾਰਾ ਪੱਖ ਜਾਣਦੇ ਹਾਂ ਤੇ ਵਕੀਲ ਸਾਹਿਬ ਸੁਨੀਲ ਮੱਲਣ ਜੀ ਵੀ ਨਾਲ ਬੇਟਾ ਕੁਛ ਕਹਿਣਾ ਚਾਹੁੰਦੇ ਦਿਲ ਦਿਲ ਨਾਲ ਗੱਲ ਕਰ ਦੁਨੀਆਂ ਨੂੰ ਸੱਚ ਦੱਸਣਾ ਵੀ ਜ਼ਰੂਰੀ ਹੈ ਬੱਚੇ ਨੂੰ ਲਗਭਗ ਵੀ ਲੱਗ ਸੱਚ ਦੱਸਣਾ ਵੀ ਜ਼ਰੂਰੀ ਹੈ ਅੱਗੇ ਜਾਣਾ ਤੁਸੀਂ ਜੋ ਦਿਲ ਦੀ ਗੱਲ ਹੈ ਨਾ ਇੱਕੋ ਗੱਲ ਕਰਦੇ ਬਸ ਆਪਣੇ ਦਿਲ ਨਾਲ
ਤੇ ਆਪਾਂ ਦੁਨੀਆਂ ਨੂੰ ਦੱਸੀਏ ਆਪਾਂ ਗਲਤ ਸਜਾ ਨਹੀਂ ਲੈਣੀ, ਤੂੰ ਕੰਮ ਨਾ ਮੇਰਾ ਪੁੱਛ ਮੈਂ ਤਾਂ ਪੁੱਤ ਦਿਲ ਦੀ ਗੱਲ ਕਰ ਬਸ ਕੁਛ ਬੋਲਦੇ ਇੱਕ ਲੈਣ ਲੋਕ ਬਹੁਤ ਕੁਛ ਗਲਤ ਬੋਲ ਰਹੇ ਨੇ ਆਪਾਂ ਉਹਨਾਂ ਨੂੰ ਜਵਾਬ ਵੀ ਦੇਣਾ ਜੋ ਸੱਚ ਹੈ ਆਪਾਂ ਮਨਪ੍ਰੀਤ ਕੌਰ ਮੇਰੇ ਸੋ ਕੁਛ ਕਹਿਣਾ ਚਾਹੁੰਦੇ ਹੋ